ਸਲਾਮ ਅਲੈਕੁਮ ਦੋਸਤੋ, ਅੱਜ ਦਾ ਵਲੌਗ ਆ ਸਾਡਾ ਜਨਾਬ ਲੀਡਰ ਦਾ ਗੋਲਾ, ਲੀਡਰ ਦਾ ਗੋਲਾ। ਇਹ ਜਨਾਬ ਭਾਈ ਉਹਨਾਂ ਪੁੱਛਦੇ ਵੀ ਕਿੰਨਾ ਅਰਸਾ ਹੋ ਗਿਆ ਇਹਨਾਂ ਨੂੰ ਗੋਲਿਆਂ ਬਣਾਉਂਦੇ ਹਾਂ, ਅਤੇ ਇਹਨਾਂ ਦਾ ਗੋਲਾ ਜਿਹੜਾ ਨਾ ਸਾਨੂੰ ਡਰ ਵਾਲੇ ਗੋਲੇ ਦੇ ਨਾਲ ਜ਼ਿਆਦਾ ਅੱਛਾ ਲੱਗਦਾ ਹੈ। ਇਹ ਲੀਡਰ ਭਾਈ ਤੁਹਾਨੂੰ ਕਿੰਨਾ ਅਰਸਾ ਹੋ ਗਿਆ? ਮਾਸ਼ਾਅੱਲਾ ਜਨਾਬ, ਭਾਈ ਅਰਸ਼ਦ ਉਹਨਾਂ ਨੂੰ 50 ਸਾਲ ਹੋ ਗਿਆ ਜਨਾਬ ਇਹ ਗੋਲਾ ਤਿਆਰ ਕਰਦੇ, ਇਸੇ ਤਰ੍ਹਾਂ ਹੀ ਐਸੇ ਜਨਾਬ ਅਤੇ ਇਹ ਹੀ ਰਹਿੰਦਾ ਜਨਾਬ ਇਹਨਾਂ ਕੋਲ, ਇਸ ਰੰਗੇ ਵੀ ਜਨਾਬ ਇਹ ਤਿਆਰ ਕਰਦੇ ਨੇ। ਬੱਚੇ ਛੋਟੇ ਵੱਡੇ ਬੜੇ ਸ਼ੌਕ ਨਾਲ ਖਾਂਦੇ ਨੇ ਜਨਾਬ ਇਹਨਾਂ ਦਾ ਗੋਲਾ। ਇਹਨਾਂ ਦਾ ਗੋਲਾ ਸਾਨੂੰ ਵੀ ਬੜਾ ਪਸੰਦ, ਅਤੇ ਅੱਜ ਅਸੀਂ ਇਹਨਾਂ ਕੋਲ ਗੋਲਾ ਲਵਾ ਰਹੇ ਜਨਾਬ। ਇਹ ਬੱਚੇ ਵੀ ਦੇਖੋ ਮੁਹੱਲੇ ਦੇ ਜਨਾਬ ਆਏ ਨੇ, ਅਤੇ ਤੁਸੀਂ ਸੁਣਿਆ ਹੋਣਾ ਕਿ ਗੋਲਾ ਜਿਹੜਾ ਡਾਰਾਂ ਵਾਲੇ ਦਾ ਬੜਾ ਮਸ਼ਹੂਰ ਆ, ਲੇਕਿਨ ਅਸੀਂ ਕਹਿੰਦੇ ਹਾਂ ਜਨਾਬ ਕਿ ਸਾਡਾ ਜਿਹੜਾ ਇਸ ਲੀਡਰ ਦਾ ਗੋਲਾ ਨਾ, ਅਰਸ਼ਦ ਲੀਡਰ ਦਾ ਗੋਲਾ, ਉਹਨਾਂ ਨਾਲ ਵੀ ਨਹੀਂ ਰਲਦਾ, ਇਹ ਉਹਨਾਂ ਤੋਂ ਵੀ ਟਾਪ 'ਤੇ ਜਨਾਬ। ਲੇਕਿਨ ਉਹ ਥੋੜ੍ਹਾ ਜਿਹਾ ਆਪਣਾ ਫੈਂਸੀ ਤਰੀਕੇ ਨਾਲ ਦੇ ਰਹੇ ਨੇ, ਅਤੇ ਇਹ ਜਨਾਬ ਦੇਖੋ ਕਿ ਤੀਲੀ ਦੇ ਵਿੱਚ ਜਾਂ ਗਲਾਸੀ ਦੇ ਵਿੱਚ, ਅੱਜ ਕੱਲ੍ਹ ਇਹਨਾਂ ਨਵਾਂ ਟ੍ਰੈਂਡ ਚਲਾਤਾ ਲੀਡਰ ਸਾਹਿਬ ਨੇ। ਪਹਿਲਾਂ ਗਲਾਸੀ ਦੇ ਵਿੱਚ ਕਰਕੇ ਅਤੇ ਜਨਾਬ ਉੱਤੇ ਤਿੱਖਾ ਲਾ ਕੇ ਦਿੰਦੇ ਸੀ, ਅਤੇ ਹੁਣ ਲੀਡਰ ਭਾਈ ਜਿਹੜਾ ਗਲਾਸੀ ਦੇ ਵਿੱਚ ਚਮਚੀ ਲਾ ਕੇ ਜਨਾਬ, ਅਤੇ ਸਿਰਫ 20 ਰੁਪਈਏ ਦੇ ਵਿੱਚ ਗੋਲਾ ਦੇ ਰਹੇ ਨੇ। ਮਜ਼ਾ ਜਿਹੜਾ ਉਹੀ ਜਿਹੜਾ 200 ਦੇ ਵਿੱਚ ਡਰ ਵਾਲੇ ਲੋਕ ਜਾ ਕੇ ਲੈਂਦੇ ਆ, ਇੱਥੇ ਸਿਰਫ 20 ਰੁਪਏ 'ਚ ਮਿਲਦਾ। ਅਤੇ ਆਹ ਦੇਖੋ ਜਨਾਬ ਭਾਈ ਹੁਣੀ ਬੜੇ ਬੜੇ ਦੂਰੋਂ ਆ ਰਹੇ ਆ, ਜਨਾਬ ਬੜੇ ਲੋਕ ਆ ਰਹੇ ਨੇ, ਜਨਾਬ ਬੱਚੇ ਆ ਰਹੇ ਨੇ, ਵੱਡੇ ਆ ਰਹੇ ਨੇ, ਮੋਟਰਸਾਈਕਲ ਦੇ ਭਾਈ ਵੀ ਆਏ ਨੇ ਜਨਾਬ। ਇਹ ਲੋ ਜੀ ਅੱਗੇ ਤੁਸੀਂ ਦੇਖਿਆ ਆਪਣਾ ਜਨਾਬ ਗਲਾਸੀ ਵਾਲਾ, ਅਤੇ ਹੁਣ ਕਾਨੀ ਵਾਲਾ ਜਨਾਬ। ਇਹ ਜਿਹੜਾ ਪੁਰਾਣਾ ਜਨਾਬ ਛੋਟੇ ਹੁੰਦੇ ਅਸੀਂ ਖਾਂਦੇ ਸੀ ਨਾ, ਇਹ ਉਹ ਗੋਲਾ ਜਨਾਬ, ਅਤੇ ਅੱਜ ਅਸੀਂ ਵੀ ਇਹਨਾਂ ਕੋਲ ਖਾਵਾਂਗੇ ਗੋਲਾ ਆਪਣਾ। ਤੁਸੀਂ ਦੇਖੋਗੇ ਵੀ ਗੋਲਾ ਗਲਾਸੀ ਵਾਲਾ ਵੀ ਅਤੇ ਟੋਪੀ ਵਾਲਾ ਵੀ, ਇਹ ਟੋਪੀ ਲੱਗ ਰਹੀ ਜਨਾਬ। ਇਹ ਕਿਆ ਬਾਤ ਹੈ ਅਰਸ਼ਦ ਲੀਡਰ ਭਾਈ ਦੀ, ਅਸੀਂ ਸਿਰਫ ਇਹ ਮੰਨਦੇ ਹਾਂ ਕਿ ਗੋਲਾ ਸਿਰਫ ਲੀਡਰ ਦਾ। ਅਰਸ਼ਦ ਭਾਈ ਇਹਨੂੰ ਕਿਸ ਤਰ੍ਹਾਂ ਰੰਗ ਤਿਆਰ ਕਰਦੇ ਹੋ ਤੁਸੀਂ? ਕਿੰਨੀ ਦੇਰ ਤੱਕ ਆਪਣਾ ਜਿਹੜਾ ਇਹਨੂੰ 5 ਘੰਟੇ ਲੱਗਦੇ? ਤੁਸੀਂ ਇੱਧਰ ਕੈਮਰੇ ਵੱਲ ਦੇਖ ਕੇ ਦੱਸੋ ਨਾ ਜ਼ਰਾ ਥੋੜ੍ਹੀ ਉੱਚੀ ਆਵਾਜ਼ ਨਾਲ। 5 ਘੰਟੇ ਲੱਗਦੇ ਆ, 30 ਕਿਲੋ ਚੀਨੀ। ਅੱਛਾ, 30 ਕਿਲੋ ਚੀਨੀ ਪਾਉਂਦੇ ਆ, ਅਤੇ ਸ਼ਾਮ ਤੱਕ ਸਾਰਾ ਰੰਗ ਲੱਗ ਜਾਂਦਾ? ਦੋ ਦਿਨਾਂ 'ਚ ਸਾਰਾ ਰੰਗ ਲੱਗ ਜਾਂਦਾ, ਠੀਕ ਹੈ। ਯਾਨੀ ਕਿ 15 ਕਿਲੋ ਇੱਕ ਦਿਨ ਦਾ ਜਨਾਬ ਇਹਨਾਂ ਦਾ ਰੰਗ ਆ। ਨਾਇਆ ਫਾਤਮਾ ਆ ਜਾਓ, ਜਨਾਬ ਭਾਈ ਅਰਸ਼ਦ ਲੀਡਰ ਸਾਹਿਬ, ਅਤੇ ਇਹਨਾਂ ਦੇ ਵਾਲਦ ਮੁਹਤਰਮ ਦੇ ਹੱਥ ਦਾ ਵੀ ਅਸੀਂ ਗੋਲਾ ਖਾਧਾ ਜਨਾਬ, ਉਹੀ ਟੇਸਟ ਜਨਾਬ ਭਾਈ ਅਰਸ਼ਦ ਲੀਡਰ ਦਾ ਵੀ। ਅਰਸਾ ਦਰਾਜ਼ ਹੋ ਗਿਆ ਇਹਨਾਂ ਜਨਾਬ ਇਹ ਕੰਮ ਕਰਦਿਆਂ ਹੋਇਆ, ਕਮ ਅਜ਼ ਕਮ 32 ਸਾਲ ਮੇਰੀ ਉਮਰ ਹੋ ਗਈ ਆ, ਅਤੇ ਮੈਂ 32 ਸਾਲਾਂ ਦੇ ਵਿੱਚ ਭਾਈ ਉਹਨਾਂ ਨੂੰ ਦੇਖਿਆ ਕਿ ਇਹ ਉਸ ਤੋਂ ਪਹਿਲਾਂ ਦੇ ਵੀ ਜਾਣ ਕੇ ਗੋਲਾ ਬਣਾਉਂਦੇ ਆ। ਆਏ ਭਾਈ ਅਰਸ਼ਦ ਲੀਡਰ ਦੇ ਗੋਲੇ, ਭਾਈ ਅਰਸ਼ਦ ਲੀਡਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਯਾਰ ਅੱਜ ਤੁਹਾਨੂੰ ਦੇਖਣ ਵਾਲੇ ਬੰਦਿਆਂ ਨੂੰ? ਤੁਹਾਨੂੰ ਗੋਲਾ ਖਾਣਾ ਤਾਂ ਕਿੱਥੇ ਆ ਕੇ ਟੱਕਰ ਸਕਦੇ? ਗਲੀਆਂ ਮੁਹੱਲਿਆਂ 'ਚ ਘਰ ਘਰ ਸਰਵਿਸ ਦੇ ਰਹੇ ਹਾਂ, ਹੋਮ ਡਿਲੀਵਰੀ, ਕਿਆ ਬਾਤ ਹੈ ਭਾਈ, ਗਲੀਆਂ ਮੁਹੱਲੇ ਠੀਕ ਹੋ ਗਿਆ ਜਨਾਬ। ਅਤੇ ਭਾਈ ਅਰਸ਼ਦ ਸਾਡੇ ਵਾਸਤੇ ਵੀ ਇੱਕ ਜ਼ਰਾ ਜਿਹਦਾ ਨਾ ਆਪਣਾ ਕਾਨੀ ਵਾਲਾ ਗੋਲਾ ਤਿਆਰ ਕਰੋ ਬਗੈਰ ਟੋਪੀ ਤੋਂ।
ਹਾਂਜੀ ਕਿਆ ਬਾਤ ਹੈ ਭਾਈ ਅਰਸ਼ਦ ਲੀਡਰ ਦੀ ਗੋਲੇ ਅਰਸ਼ਦ ਲੀਡਰ ਦੇ ਵਾਹ ਲੀਡਰ ਕਿਆ ਬਾਤ ਹੈ ਤੇਰੀ ਯਾਰ ਬੜੇ ਬੇਲੀ ਸੱਜਣ ਮਿੱਤਰ ਆ ਰਹੇ ਨੇ ਦੂਰੋਂ ਦੂਰੋਂ ਲੀਡਰ ਨੂੰ ਜਿਸ ਬਾਜ਼ਾਰ 'ਚ ਬੰਦਾ ਵੇਖ ਲੈਂਦਾ ਨਾ ਉਸੇ ਬਾਜ਼ਾਰ 'ਚ ਰਸ਼ ਪੈ ਜਾਂਦਾ ਲਓ ਜੀ ਲੀਡਰ ਸਾਹਿਬ ਰਸ਼ ਪੈਣਾ ਸ਼ੁਰੂ ਹੋ ਗਿਆ ਕਿਆ ਬਾਤ ਹੈ ਲੀਡਰ ਤੇਰੇ ਗੋਲੇ ਦੀ ਲੀਡਰ ਦਾ ਗੋਲਾ ਜੀ ਲੀਡਰ ਦਾ ਗੋਲਾ ਇੰਜ ਡਰ ਵਾਲੇ ਰਸ਼ ਨਹੀਂ ਪੈਂਦਾ ਜਿਵੇਂ ਲੀਡਰ ਤੇ ਪਿਆ ਆ ਜਨਾਬ ਕੋਈ 40 ਸਾਲ ਦਾ ਅਰਸਾ ਵੀ ਤਾਂ ਹੋ ਗਿਆ ਨਾ ਕਿਆ ਬਾਤ ਲੀਡਰ ਸਾਹਿਬ ਕਿਆ ਬਾਤ ਤੁਹਾਡੀ ਗਲਾਸੀ 'ਚ ਮਲੰਗੂ ਵੀ ਪਾ ਕੇ ਕਾਲਾ ਨਮਕ ਪਾ ਕੇ ਕਿਆ ਬਾਤ ਆ ਮਲੰਗੂ ਪਾ ਕੇ ਭਾਈ ਕਿਆ ਬਾਤ ਆ ਲੀਡਰ ਸਾਹਿਬ ਤੁਹਾਡੀ ਆ ਜੀ ਅਰਹਮ ਸਾਹਿਬ ਜਨਾਬ ਅਰਹਮ ਰਿਹਾਨ ਸਾਹਿਬ ਲੀਡਰ ਦਾ ਗੋਲਾ ਖਾ ਰਹੇ ਜਨਾਬ ਕਿਆ ਬਾਤ ਆ ਲੀਡਰ ਦੀ ਆਹਾ ਬੱਲੇ ਬੱਲੇ ਲੀਡਰ ਆ ਤੇਰੇ ਅਸੀਂ ਤੇ ਜਨਾਬ ਆਪਣੀ ਜ਼ਿੰਦਗੀ 'ਚ ਸਿਰਫ 2 ਲੀਡਰ ਵੇਖੇ ਆ ਇੱਕ ਇਹ ਅਰਸ਼ਦ ਲੀਡਰ ਤੇ ਦੂਜਾ ਜਿਹੜਾ ਲੀਡਰ ਆ ਦੁਨੀਆ ਦੇ ਵਿੱਚ ਜਿਹਨੇ ਆਪਣਾ ਲੋਹਾ ਮਨਵਾਇਆ ਆ ਉਹ ਤੁਸੀਂ ਮੈਨੂੰ ਦੱਸਣਾ ਆ ਕਿ ਉਹ ਲੀਡਰ ਕਿਹੜਾ ਆ ਸਭ ਦੇ ਦਿਲਾਂ ਦੀ ਧੜਕਣ ਜਿਹਦੀ ਇੱਕ ਤਸਵੀਰ ਵਾਇਰਲ ਹੋ ਜਾਵੇ ਅਤੇ ਸੋਸ਼ਲ ਮੀਡੀਆ 'ਤੇ ਹਲਚਲ ਮੱਚ ਜਾਂਦੀ ਆ ਅਤੇ 2 ਹੀ ਲੀਡਰ ਵੇਖੇ ਨੇ ਅਸੀਂ ਆਪਣੀ ਜ਼ਿੰਦਗੀ 'ਚ ਇੱਕ ਹੈ ਅਰਸ਼ਦ ਲੀਡਰ ਜਿਹਦਾ ਨਾਮ ਅਰਸ਼ਦ ਲੀਡਰ ਆ ਅਤੇ ਦੂਜਾ ਲੀਡਰ ਦਾ ਤੁਸੀਂ ਦੱਸਣਾ ਆ ਕਮੈਂਟ ਕਰਕੇ ਕਿ ਉਹ ਲੀਡਰ ਕਿਹੜਾ ਵਾ ਖੜਕਾ ਖੜਕਾ ਚੰਗੀ ਤਰ੍ਹਾਂ ਜ਼ਰਾ ਦੁਬਾਰਾ ਖੜਕਾ ਯਾਰ ਇੱਕ ਵਾਰੀ ਲੀਡਰ ਆ ਫਿਰ ਰੂਹ ਤਾਜ਼ਾ ਕਰਦੇ ਯਾਰ ਠੀਕ ਹੈ